ਬੁਲਟਨ ਦਾ ਆਗਾਜ਼ ਕਰ ਲੈਂਦੇ ਹਾਂ। ਆਮਦਨ ਕਰ ਵਿਭਾਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 2 ਕਰੋੜੀ ਚੰਦੇ ਦੇ ਤਰਕ ਨੂੰ ਖਾਰਜ ਕਰਦਿਆਂ ਇੰਨੀ ਰਕਮ ਨੂੰ ਚੰਦਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕਰ ਵਿਭਾਗ ਨੇ ਆਪਣੀ ਜਾਂਚ ਦੌਰਾਨ 2 ਕਰੋੜ ਦੀ ਰਾਸ਼ੀ ਨੂੰ ਚੰਦਾ ਮੰਨਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਹੈ ਕਿਉਂਕਿ ਆਪ ਇਸ ਰਾਸ਼ੀ ਦਾ ਚੰਦਾ ਸਾਬਤ ਹੋਣ ਦੇ ਪੁਖਤਾ ਸਬੂਤ ਨਹੀਂ ਦੇ ਸਕੇ। ਕਰ ਵਿਭਾਗ ਦੇ ਇਸ ਨਿਰਦੇਸ਼ ਤੋਂ ਕਥਿਤ ਤੌਰ ਤੇ ਰਿਸ਼ਵਤ ਲੈਣ ਦੇ ਇਲਜ਼ਾਮਾਂ ਵਿੱਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ। ਵਿਭਾਗ ਨੇ ਇਸ ਰਾਸ਼ੀ ਨੂੰ ਆਮ ਆਦਮੀ ਪਾਰਟੀ ਦੀ ਕਮਾਈ ਮੰਨਿਆ। 50-50 ਲੱਖ ਦੇ 4 ਡਰਾਫਟਾਂ ਦੇ ਰੂਪ ਵਿੱਚ ਮਿਲੇ 2 ਕਰੋੜ ਦੇ ਮਾਮਲੇ ਵਿੱਚ ਕਰ ਵਿਭਾਗ ਅੱਗੇ ਕਾਰਵਾਈ ਕਰ ਸਕਦਾ। ਸੂਤਰਾਂ ਮੁਤਾਬਿਕ ਪਾਰਟੀ ਵੱਲੋਂ ਵਿਭਾਗ ਨੂੰ ਦਿੱਤੇ ਕਾਗਜ਼ਾਂ ਵਿੱਚ ਗੜਬੜੀਆਂ ਮਿਲੀਆਂ ਨੇ। ਵਿਭਾਗ ਨੇ ਪਾਰਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 15 ਮਈ ਨੂੰ ਪੇਸ਼ ਹੋਣ ਦਾ ਨੋਟਿਸ ਭੇਜਿਆ।